ਇੱਕ ਮਨਾਵਨ ਪਿੰਡ ਦੀਆਂ ਸੀ ਕਿ ਇੱਕ ਢੰਡ ਪਿੰਡ ਦੀਆਂ ਸੀ ਉਹਦੇ ਚ ਵਿਦਆਊਟ ਗਿਵਿੰਗ ਐਨੀ ਰੀਜ਼ਨ ਰਿਜੈਕਸ਼ਨ ਲਿਸਟ ਦੇ ਵਿੱਚ ਪਾ ਦਿੱਤੇ ਸੀ ਬੰਦੇ ਤੇ ਪਹਿਲੇ ਹੀ ਲੋਕਲ ਐਮਐਲਏ ਨੇ ਡਿਕਲੇਅਰ ਕਰਤਾ ਸੀ ਕਿ ਮੇਰਾ ਕੈਂਡੀਡੇਟ ਜਿੱਤੂਗਾ ਬਾਕੀ ਦੇ ਨੋਮੀਨੇਸ਼ਨ ਰੱਦ ਕਰ ਲਾਂਗੇ ਅਸੀਂ ਇਹੀ ਗਰਾਊਂਡ ਲੈ ਕੇ ਆਏ ਸੀ ਕਿਉਂਕਿ ਵੀ ਇਹ ਪਹਿਲੇ ਹੀ ਇਹ ਸਾਰਾ ਕੁਝ ਮਿੱਥਿਆ ਹੋਇਆ ਸੀ ਤੇ ਰਿਜੈਕਸ਼ਨ ਹੋਣੀ ਹੋਣੀ ਸੀ ਅਸੀਂ ਪਹਿਲੇ ਹੀ ਇਲੈਕਸ਼ਨ ਕਮਿਸ਼ਨ ਕੰਪਲੀਟ ਕਰਤੇ ਸੀ ਇੱਕ ਦਿਨ ਪਹਿਲਾਂ ਹੀ ਕਿ ਵੀ ਇਹ ਤਾਂ ਸਾਨੂੰ ਮਿੱਥਿਆ ਹੋਇਆ ਇਹਨਾਂ ਨੇ ਤਾਂ ਸਾਨੂੰ ਬਣਨ ਨਹੀਂ ਦੇਣਾ ਨੋਮੀਨੇਸ਼ਨ ਵੀ ਰਿਜੈਕਟ ਕਰ ਦੇਣਗੇ ਤੇ ਉਹੀ ਚੀਜ਼ ਹੋਈ ਤੇ ਹਾਈ ਕੋਰਟ ਨੇ ਫਿਰ ਰਿਜੈਕਸ਼ਨ ਜਿਹੜੀ ਹੈਗੀ ਸਟੇ ਕੀਤੀ ਮਨਾਵਨ ਪਿੰਡ ਦੇ ਵਿੱਚ ਤਾਂ ਇਲੈਕਸ਼ਨ ਹੀ ਸਟੇ ਕਰ ਦਿੱਤੀ ਤੇ ਢੰਡ ਪਿੰਡ ਦੇ ਵਿੱਚ ਸਾਨੂੰ ਕੰਟੈਸਟ ਕਰਨ ਦਾ ਰਾਈਟ ਦੇ ਦਿੱਤਾ ਤੇ ਰਿਜੈਕਸ਼ਨ ਜਿਹੜੀ ਹੈ ਉਸਤੇ ਕਿਉਂਕਿ ਕਾਫੀ ਪਟੀਸ਼ਨਾਂ ਸਟੇ ਲੱਗਿਆ ਔਰ ਪਰਮਿਸ਼ਨ ਮਿਲ ਗਈ ਹੈ ਜਿਹੜੀ ਨਵੀਂ ਹੈ 100 ਤੋਂ ਜ਼ਿਆਦਾ ਕੱਲ ਇਲੈਕਸ਼ਨ ਪ੍ਰੋਸੈਸ ਨੀ ਰੋਕ ਰਹੇ ਸਾਨੂੰ ਇਲੈਕਸ਼ਨ ਪ੍ਰੋਸੈਸ ਦਾ ਪਾਰਟ ਬਣਾਇਆ ਜਾਵੇ ਅਸੀਂ ਇਹ ਸਾਡੇ ਸੀਗੇ ਕਿ ਵੀ 6 ਪੰਚਸ ਦੀ ਰਿਜੈਕਸ਼ਨ ਸੀਗੀ ਤੇ 3 ਸਰਪੰਚਸ ਦੀ ਰਿਜੈਕਸ਼ਨ ਸੀਗੀ ਸਾਡੀ ਜਿਹੜੀ ਪਟੀਸ਼ਨ ਸੀਗੀ ਜੀ ਪਿੰਡ ਗੱਜੋ ਮਾਜਰਾ ਬਲਾਕ ਪਟਿਆਲਾ ਦੀ ਸੀਗੀ ਇਹਦੇ ਵਿੱਚ ਮੰਗ ਇਹ ਸੀਗੀ ਕਿ ਇਹਨਾਂ ਨੇ ਮੇਰੇ ਕਲਾਇੰਟ ਕੁਲਵੀਰ ਸਿੰਘ ਨੇ ਆਪਣਾ ਸਰਪੰਚ ਦੀ ਨੋਮੀਨੇਸ਼ਨ ਭਰੀ ਸੀ ਜਿਹੜੀ ਉਹਨਾਂ ਨੇ ਨੋਮੀਨੇਸ਼ਨ ਅਸੈਪਟ ਕਰ ਲਈ ਪਰ ਅੱਗੇ ਜਿਹੜੇ ਲਿਸਟ ਲਗਾਈ ਐਲੀਜੀਬਲ ਕੈਂਡੀਡੇਟ ਤੇ ਉਹ ਚਿਹਰਾ ਨਾਮ ਨਹੀਂ ਸੀਗਾ ਨਾ ਹੀ ਉਹ ਰਿਜੈਕਸ਼ਨ ਲਿਸਟ ਵਿੱਚ ਪਾਇਆ ਨਾ ਓਬਜੈਕਸ਼ਨ ਲਿਸਟ ਵਿੱਚ ਪਾਇਆ ਅਸੀਂ ਉਹਦੇ ਵਾਸਤੇ ਆਏ ਸੀਗੇ ਕਿ ਸਾਨੂੰ ਇਹਨਾਂ ਨੇ ਦੱਸ ਵੀ ਨਹੀਂ ਰਹੇ ਤੇ ਨਾ ਹੀ ਕੋਈ ਹੋ ਰਿਹਾ ਤੇ ਹੁਣ ਅੱਜ ਮਾਨਯੋਗ ਹਾਈ ਕੋਰਟ ਨੇ ਸਾਡੀ ਉਹ ਜਿਹੜੀ ਪਟੀਸ਼ਨ ਅਸੈਪਟ ਕਰ ਲਈ ਹੈ ਤੇ ਉਹਨਾਂ ਨੇ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਇੱਕ ਰਿਪਲਾਈ ਫਾਈਲ ਕੀਤਾ ਸੀਗਾ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹਨਾਂ ਦੇ ਫਾਦਰ ਕਿਸੇ ਸੁਸਾਇਟੀ ਦੇ ਵਿੱਚ ਕੁਝ ਅਮਾਊਂਟ ਦੇ ਡਿਫਾਲਟਰ ਹੈਗੇ ਆ ਤੇ ਜਿਹੜਾ ਆਪਣਾ ਹਾਈ ਕੋਰਟ ਨੇ ਇਹ ਕਿਹਾ ਕਿ ਜਿਹੜੇ ਸੁਸਾਇਟੀ ਦੇ ਪੰਚਾਇਤ ਦਾ ਕੀ ਲਿੰਕ ਹੈਗਾ ਜਿਹੜਾ ਕਿ ਬਿਲਕੁਲ ਵੀ ਉਹਨਾਂ ਨਿਰਾਧਾਰ ਹੈ ਤੇ ਪਲੱਸ ਇਹ ਵੀ ਕਿਹਾ ਵੀ ਉਹ ਫਾਦਰ ਦੀ ਜਿਹੜੀ ਹੋਇਆ ਉਹ ਸੰਤ ਤੇ ਕਿੱਦਾਂ ਐਲੀਜੀਬਲ ਹੈਗੀ ਆ ਉਸ ਗਰਾਊਂਡ ਤੇ ਸਾਡੀ ਪਟੀਸ਼ਨ ਨੂੰ ਅਸੈਪਟ ਕਰਦੇ ਹੋਏ ਅਲਾਓ ਕਰਦੇ ਹੋਏ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਕਿ ਇਹ ਆਪਣਾ ਇਲੈਕਸ਼ਨ ਕੰਟੈਸਟ ਕਰ ਸਕਦੇ ਸਰ ਜਿਹੜੀ ਮੰਗ ਸੀ ਉਹ ਅਸੈਪਟ ਕਰ ਲਈ ਹੈ ਇੱਕੋ ਹੀ ਸੀਗੀ ਤੁਹਾਡੀ ਸਾਡੀ ਇੱਕੋ ਹੀ ਸੀਗੀ ਜੀ ਤੇ ਇਹਨਾਂ ਨੂੰ ਨਾ ਰਿਜੈਕਸ਼ਨ ਤੇ ਪਾਇਆ ਨਾ ਅਸੈਪਟੈਂਸ ਪਾਇਆ ਇਹਨਾਂ ਦਾ ਨਾਮ ਪਾਇਆ ਹੀ ਨਹੀਂ ਮਤਲਬ ਕਿ ਨੋਮੀਨੇਸ਼ਨ ਅਸੈਪਟਿਡ ਹੈ ਪਰ ਇਹਨਾਂ ਦੀ ਜਿਹੜੀ ਐਲੀਜੀਬਲ ਕੈਂਡੀਡੇਟਸ ਦੀ ਲਿਸਟ ਵਿੱਚ ਕਿਤੇ ਕੋਈ ਨਾਮ ਨਹੀਂ ਪਾਇਆ ਵੀ ਐਲੀਜੀਬਲ ਵੀ ਡਿਕਲੇਅਰ ਨਹੀਂ ਕੀਤਾ ਕਿੱਥੇ ਦਾ ਮਤਲਬ ਇਹ ਪਿੰਡ ਗੱਜੂ ਮਾਜਰਾ ਡਿਸਟ੍ਰਿਕਟ ਪਟਿਆਲਾ ਡਿਸਟ੍ਰਿਕਟ ਪਟਿਆਲਾ ਸਾਡੀ ਪਟੀਸ਼ਨ ਲੱਗੀ ਹੋਈ ਸੀ ਪਿੰਡ ਹੈਗਾ ਚੌਧਰੀ ਮਾਜਰਾ ਜੀ ਦੇ ਵਿੱਚ 8 ਕੈਂਡੀਡੇਟ ਟੋਟਲ ਸੀਗੇ ਤੇ 6 ਨੂੰ ਇਹ ਕਹਿ ਕੇ ਰਿਜੈਕਟ ਕਰਤਾ ਕਿ ਇਹ ਇਲੀਗਲ ਪੋਜੈਸ਼ਨ ਚ ਨੇ ਆਪਣੀ ਸ਼ਾਮਲਾਤ ਲੈਣ ਤੇ ਗਲੀਆਂ ਤੇ ਅੱਜ ਜਵਾਬ ਆਇਆ ਤਾਂ ਉਹਨੇ ਰਿਪੋਰਟ ਦੇਖੀ ਤੇ ਰੱਖਿਆ ਕਿ ਜਿਹੜਾ ਕੈਂਡੀਡੇਟ ਸੀ ਉਹਨੇ 5 ਤਰੀਕ ਨੂੰ ਸਵੇਰੇ ਕੰਪਲੇਂਟ ਦਿੱਤੀ ਤੇ ਸ਼ਾਮਾਂ ਨੂੰ ਉਹਨਾਂ ਨੇ ਦੁਪਹਿਰ ਨੂੰ ਇਨਫੈਕਟ ਇੱਕ ਰਿਪੋਰਟ ਤਿਆਰ ਕਰਤੀ ਕਿ ਜੀ ਹਾਂ ਇਹ ਇਲੀਗਲ ਪੋਜੈਸ਼ਨ ਚ ਹੈ ਤੇ ਇਸ ਕਰਕੇ ਇਹਨਾਂ ਨੂੰ ਡਿਸਕੁਆਲੀਫਾਈ ਕੀਤਾ ਜਾਂਦਾ ਤੇ ਕੋਰਟ ਕਹਿੰਦੇ ਕਿ ਆ ਇੰਨੀ ਜਲਦੀ ਕਿਸ ਤਰ੍ਹਾਂ ਦੀ ਡਿਮਾਰਕੇਸ਼ਨ ਹੋ ਰਹੀ ਕਿਹੜੀ ਤੁਸੀਂ ਡਿਮਾਰਕੇਸ਼ਨ ਕੀਤੀ ਹੈ ਕੀ ਤੁਸੀਂ ਪ੍ਰੋਸੀਜਰ ਫਾਲੋ ਕੀਤਾ ਹੈ ਕੀ ਤੁਸੀਂ ਕੋਈ ਨੋਟਿਸ ਦਿੱਤਾ ਕਿ ਨਹੀਂ ਦਿੱਤਾ ਕਿ ਇਸ ਤੋਂ ਪਹਿਲਾਂ ਕਦੇ ਤੁਸੀਂ ਨੋਟਿਸ ਦਿੱਤਾ ਕਿ ਨਹੀਂ ਇਹ ਇਲੀਗਲ ਪੋਜੈਸ਼ਨ ਜੇ ਤੁਸੀਂ ਕਿਹੜਾ ਪ੍ਰੋਸੀਜਰ ਫਾਲੋ ਕੀਤਾ ਉਸ ਗੱਲ ਦਾ ਸਟੇਟ ਕੋਲ ਕੋਈ ਜਵਾਬ ਨਹੀਂ ਸੀ ਤੇ ਕੋਰਟ ਨੇ ਇਹਦਾ ਬੜਾ ਸਟ੍ਰਿਕਟ ਕੋਗਨੀਸੈਂਸ ਲੈਂਦੇ ਹੋਏ ਕਿ ਇਹ ਤਾਂ ਟੋਟਲ ਇਲੀਗੈਲਿਟੀ ਐਂਡ ਆਬਜ਼ਰਵੇਸ਼ਨਸ ਕਿਉਂਕਿ ਮੇਰੇ ਕੇਸ ਸੀ ਉਹਨਾਂ ਸਟੇਟ ਨੂੰ ਕਿਹਾ ਕਿ ਤੁਸੀਂ ਚਾਹੁੰਦੇ ਕਿ ਅਲਟੀਮੇਟਲੀ ਕਿਉਂ ਇਲੀਗੈਲਿਟੀ ਕਰ ਰਹੇ ਹੋ ਕੀ ਤੁਸੀਂ ਇਲੈਕਸ਼ਨ ਰਿਗ ਕਰਨਾ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਤੁਸੀਂ ਇਹਦੇ ਕੰਮ ਕਰ ਰਹੇ ਹੋ ਤੇ ਨਾ ਉਹਨੂੰ ਬਿਲਕੁਲ ਨਕਾਰਦੇ ਹੋਏ ਉਹਨਾਂ ਨੇ ਉਸ ਜਿਹੜਾ ਰਿਜੈਕਸ਼ਨ ਆਰਡਰ ਸੀਗਾ ਨੋਮੀਨੇਸ਼ਨ ਰਿਜੈਕਟ ਕੀਤੇ ਸੀਗੇ ਉਹਨੂੰ ਹੀ ਸਟੇ ਕਰਤਾ ਹੈ ਪ੍ਰੈਕਟੀਕਲੀ ਉਹਦੇ ਹਿਸਾਬ ਨਾਲ ਮੇਰੇ ਕੈਂਡੀਡੇਟ ਹੁਣ ਇਲੈਕਸ਼ਨ ਲੜ ਸਕਦੇ ਨੇ ਕਿਹੜੀ ਪੰਚਾਇਤ ਔਰ ਕਿੰਨੀ ਸੀਗੀ ਇਹ ਤੁਹਾਡੀ ਮੇਰੀ ਚੌਧਰੀ ਮਾਜਰਾ ਸੀ ਟੋਟਲ 8 ਕੈਂਡੀਡੇਟ 806 ਨਾਭਾ ਚੌਧਰੀ ਮਾਜਰਾ ਤਹਿਸੀਲ ਨਾਭਾ ਡਿਸਟ੍ਰਿਕਟ ਪਟਿਆਲਾ 806 ਕੈਂਡੀਡੇਟ ਦੇ ਰਿਜੈਕਟ ਕਰਤੇ 2 ਚੋਂ 1 ਨੇ ਵਿਡਰਾਅ ਕਰਤਾ ਤੇ ਕੱਲ ਨੂੰ 1 ਨੂੰ ਡਿਕਲੇਅਰ ਕਰਤਾ ਇਹ ਤਾਂ ਬਿਲਕੁਲ ਸੋਚੀ ਸਮਝੀ ਸਾਜਿਸ਼ ਸੀਗੀ ਕਿ ਇੱਕ ਪਾਰਟਿਕੂਲਰ ਕੈਂਡੀਡੇਟ ਨੂੰ ਤੁਸੀਂ ਇਲੈਕਟ ਕਰਨਾ ਸੀ ਜਿਹਦੇ ਕਰਕੇ 6 ਕੈਂਡੀਡੇਟ ਨੂੰ 1-2 ਘੰਟੇ ਚ ਪ੍ਰਪੇਅਰਡ ਫਾਲਸ ਰਿਪੋਰਟ ਦੇ ਬੇਸਿਸ ਤੇ ਕੋਈ ਉਹਦੇ ਚ ਨੋਟਿਸ ਨਹੀਂ ਕੋਈ ਉਹਦੇ ਚ ਵਿਟਨੈਸ ਨਹੀਂ ਕੁਝ ਨਹੀਂ ਰਿਪੋਰਟ ਫਰਜ਼ੀ ਰਿਪੋਰਟ ਤਿਆਰ ਕਰਕੇ ਕਰਤਾ ਤੇ ਉਸ ਕੋਰਟ ਨੇ ਬੜਾ ਬਹੁਤ ਸਾਰੀ ਨੇ ਔਰ ਸਿਮਿਲਰ ਗਰਾਊਂਡ ਤੇ ਨੇ ਜਿੱਥੇ ਇਹਨਾਂ ਨੂੰ ਇਹ ਲੱਗਿਆ ਕਿ ਜਿਹੜੇ ਆਪਣੇ ਨੋਮੀਨੇਸ਼ਨ ਫਾਰਮਸ ਹੈ ਉਹਨਾਂ ਚ ਕੋਈ ਕਮੀ ਨਹੀਂ ਲੱਗ ਰਹੀ ਤੇ ਇਹਨਾਂ ਨੇ ਸੇਮ ਡੇ ਰਿਪੋਰਟ ਤਿਆਰ ਕਰਵਾ ਕੇ ਫਰਿਵਲਸ ਗਰਾਊਂਡ ਤੇ ਇਹਨਾਂ ਨੇ ਨੋਮੀਨੇਸ਼ਨ ਰਿਜੈਕਟ ਕਰਾਤੀ ਹੋਈ ਹੈ ਔਰ ਸਭ ਤੋਂ ਬੜੀ ਇੰਟਰਸਟਿੰਗ ਗੱਲ ਹੈਗੀ ਹੈ ਕਿ ਟੈਕਨੀਕਲੀ ਇਹ ਗਰਾਊਂਡ ਹੀ ਨਹੀਂ ਹੈਗਾ ਸੈਕਸ਼ਨ 11 ਚ ਵੀ ਇਹ ਗਰਾਊਂਡ ਨਹੀਂ ਹੈਗਾ ਕਿ ਤੁਸੀਂ ਰਿਜੈਕਟ ਕਰ ਸਕਦੇ ਹੋ ਤਾਂ ਬਿਲਕੁਲ ਟੋਟਲ ਇਲੀਗੈਲਿਟੀ ਸੀਗੀ ਕਿਉਂਕਿ ਕੱਲ ਵੀ ਹਾਈ ਕੋਰਟ ਨੇ 250 ਤੋਂ ਜ਼ਿਆਦਾ ਪੰਚਾਇਤਾਂ ਦੇ ਇਲੈਕਸ਼ਨ ਤੇ ਸਟੇ ਲਾਇਆ ਅੱਜ ਜਿਹੜੇ ਨੋਮੀਨੇਸ਼ਨ ਰੱਦ ਕੀਤੇ ਸੀ ਉਹਨਾਂ ਨੂੰ ਅਲਾਓ ਕਰਤਾ ਕਿ ਤੁਸੀਂ ਜਿਹੜੇ ਰੱਦ ਕੀਤੇ ਸੀ ਆਰਡਰ ਹੀ ਹਾਂਜੀ ਕਰਕੇ ਉਹਨੂੰ ਸਾਰੇ ਇਲੈਕਸ਼ਨ ਪਾਰਟਿਸਿਪੇਟ ਕਰ ਹਾਂਜੀ ਬਿਲਕੁਲ ਇਸ ਇੱਕ ਬੜੀ ਇੰਟਰਸਟਿੰਗ ਗੱਲ ਅੱਜ ਹੋਰ ਸਾਹਮਣੇ ਆਈ ਕਿ ਸਟੇਟ ਨੇ ਗੱਲ ਕਹੀ ਕਿ ਜੇ ਇੱਕ ਕੈਂਡੀਡੇਟ ਰਹਿ ਗਿਆ ਤਾਂ ਅਸੀਂ ਇਲੈਕਟ ਕਰ ਲੈਣਗੇ ਤੇ ਕੋਰਟ ਨੇ ਆਬਜ਼ਰਵ ਕੀਤਾ ਕਿ ਨੋਟਾ ਵੀ ਤਾਂ ਇੱਕ ਆਪਸ਼ਨ ਹੈਗੀ ਹੈ ਜੇ ਨੋਟਾ ਇੱਕ ਆਪਸ਼ਨ ਹੈਗੀ ਤਾਂ ਤੁਹਾਨੂੰ ਇਲੈਕਸ਼ਨ ਤਾਂ ਫੇਰ ਵੀ ਕਰਾਉਣਾ ਪਏਗਾ ਕਿਉਂਕਿ ਚਾਹੇ ਇੱਕ ਕੈਂਡੀਡੇਟ ਰਹਿ ਗਿਆ ਹੋ ਸਕਦਾ ਨੋਟਾ ਨੂੰ 51% ਤੋਂ ਵੱਧ ਵੋਟਸ ਪੈ ਜਾਣ ਤਾਂ ਕੈਂਡੀਡੇਟ ਇਲੈਕਟ ਨਹੀਂ ਹੋ ਸਕਦਾ ਉਸ ਗੱਲ ਦਾ ਸਟੇਟ ਦੇ ਕੋਲ ਕੋਈ ਜਵਾਬ ਵੀ ਨਹੀਂ ਸੀ ਔਰ ਜਦਕਿ ਕੱਲ ਇੱਕ ਪਟੀਸ਼ਨ ਫਾਈਲ ਵੀ ਹੋਈ ਸੀ ਇਸੇ ਪੁਆਇੰਟ ਤੇ ਉਹਦੇ 'ਚ ਨੋਟਿਸ ਵੀ ਹੋ ਗਿਆ ਹੋਇਆ
ਤੇ ਉਹਦੇ ਬਾਵਜੂਦ ਸਟੇਟ ਇਹ ਚਾਹ ਰਹੀ ਹੈ ਕਿ ਇੱਕ ਕੈਂਡੀਡੇਟ ਨੂੰ ਕਰਕੇ ਉਹਨੂੰ ਡਿਕਲੇਅਰ ਕਰ ਦੇ ਕਿ ਇਲੈਕਟ ਕਰ ਦੇ ਦੇ ਕੋਰਟ ਹੈਜ਼ ਨਾਟ ਅਸੈਪਟਿਡ ਦੈਟ ਇਹਦਾ ਮਤਲਬ ਜਿਹੜਾ ਯੂਨੈਨ ਨੇ ਜਿਹੜਾ ਸਰਵਸੰਮਤੀ ਨਾਲ ਗੱਲ ਕਰ ਰਹੇ ਆ ਚੀਜ਼ਾਂ ਉਹ ਹਾਈ ਕੋਰਟ ਨੇ ਸਵਾਲ ਚੱਕਦੇ ਕਿ ਹੋ ਹੀ ਨਹੀਂ ਸਕਦੇ ਚਾਹੇ ਇੱਕ ਕੈਂਡੀਡੇਟ ਵੀ ਰਹਿ ਜੇ ਤਾਂ ਵੀ ਤੁਹਾਨੂੰ ਇਲੈਕਸ਼ਨ ਕਰਾਉਣਾ ਪਏਗਾ ਕਿਉਂਕਿ ਨੋਟਾ ਵੀ ਇੱਕ ਆਪਸ਼ਨ ਹੈ ਨੋਟਾਂ ਨੂੰ ਇੱਕ ਚੁਣਾਵ ਚਿੰਨ੍ਹ ਦਿੱਤਾ ਜਾਂਦਾ ਹੈ ਤੇ ਲੋਕਾਂ ਕੋਲ ਆਪਸ਼ਨ ਹੈ ਕਹਿਣ ਦੀ ਕਿ ਅਸੀਂ ਨੋਟਾਂ ਨੂੰ ਪ੍ਰੈਸ ਕਰ ਰਹੇ ਹਾਂ ਤਾਂ ਉਹਨੂੰ ਬਿਲਕੁਲ ਨਕਾਰਤਾ ਇੱਥੇ ਕਈ ਸੀਗੇ 204 ਨੰਬਰ ਤੇ ਵੀ ਪਟੀਸ਼ਨ ਸੀਗੀ ਸੇਮ ਗਰਾਊਂਡ ਸੇਮ ਗਰਾਊਂਡ ਬਹੁਤ ਸੀਗੇ ਜ਼ਿਆਦਾ ਸੀਗੀਆਂ ਤੇ ਜਿਹੜੀ ਅੱਜ 100 ਤੋਂ ਜ਼ਿਆਦਾ ਨਵੀਂ ਹੋਈ ਆ ਉਹ ਕੱਲ੍ਹ ਹੀਰਿੰਗ ਉਹ ਕੱਲ੍ਹ ਹੀਰਿੰਗ ਉਹਨਾਂ ਦੇ ਕੱਲ੍ਹ ਹੋ ਰਹੇ ਉਹ ਫਿਕਸ ਟੁਮਾਰੋ ਲਿਖੀ ਸੀਗੀ